ਸ਼ਸ਼ੀਕਾਲ ਦੋਸਤੋ ਆਪਣਾ ਅਗਲਾ ਚੈਪਟਰ ਸ਼ੁਰੂ ਕਰਦੇ ਹਾਂ ਜੀ ਅਧਿਆਇ ਪੰਜਵਾਂ ਅੰਗਰੇਜ਼ਾਂ ਦਾ ਵਿਰੋਧ ਹੁਣ ਅੰਗਰੇਜ਼ਾਂ ਦੇ ਖਿਲਾਫ ਨਾ ਕਈ ਬਗਾਵਤਾਂ ਉੱਠੀਆਂ ਸੀਗੀਆਂ ਉਹਨਾਂ ਬਾਰੇ ਆਪਾਂ ਥੋੜਾ ਥੋੜਾ ਪੜ੍ਹਾਂਗੇ ਜੀ ਆਰਥ ਵਿੱਚ ਅੰਗਰੇਜ਼ਾਂ ਵਿਰੁੱਧ ਸ਼ੁਰੂਆਤੀ ਵਿਦਰੋਹ ਸ਼ੁਰੂਆਤੀ ਵਿਦਰੋਹ ਪਹਿਲਾ ਹੈ ਜੀ ਗੈਰ ਕਬਾਈਲੀ ਇਹ ਕਾਸੀ ਪੜ੍ਹਾਂਗੇ ਜੀ ਆਦੀਵਾਸੀਆਂ ਦੁਆਰਾ ਵਿਦਰੋਹ ਤੇ ਗੈਰ ਆਦੀਵਾਸੀਆਂ ਦੁਆਰਾ आदिवासी ट्राइबल मीन गैर कबाइली ट्राइब्स नॉन ट्राइबल्स द्वारा विद्रोह पड़ते हैं जी इत्ते ना अपन ऊपर ऊपर नु देखांगे ये नॉलेज ले लेलांगे ला बाद में असी डीप पढांगे जी एक और सिलेबस खत्म कर लईये मेन मेन गल्ला पढ लईये फिर असी ऐड करा, करांगे विच गल्ला पहला है जी गैर कबाइली ये विद्रोह मुख्य तौर ते जमींदारां अते भारतीय शासकां द्वारा चलाए गए सन ਕਈ ਲੋਕਲ ਰੂਲਰਸ ਸ਼ਾਸਕ ਅੰਗਰੇਜ਼ਾਂ ਤੋਂ ਨਾਰਾਜ਼ ਸੀ ਜ਼ਮੀਦਾਰ ਵੀ ਨਾਰਾਜ਼ ਸੀ ਤੇ ਉਹਨਾਂ ਦੀ ਨਾਰਾਜ਼ਗੀ ਦਾ ਕੀ ਕਾਰਨ ਸੀ ਕਾਰਨ ਪੜ ਲਈਏ ਜੀ ਇਹ ਅੰਦੋਲਨਾਂ ਦੇ ਅੰਗਰੇਜ਼ਾਂ ਵੱਲੋਂ ਭਾਰਤੀ ਹਾਕਮਾਂ ਨੂੰ ਮਜਬੂਰਨ ਆਪਣੀ ਸਰਦਾਰੀ ਸਵੀਕਾਰ ਕਰਨ ਦੀਆਂ ਕੋਸ਼ਿਸ਼ਾਂ ਤੱਕੇ ਨਾਲ ਹਾਕਮਾਂ ਨੂੰ ਦਬਾ ਰਹੇ ਸੀ ਤਾਂ ਇਹ ਕਹਿ ਰਹੇ ਸੀ ਕਿ ਤੁਸੀਂ ਸਾਡੀ ਤਾਕਤ ਨੂੰ ਅਕਸੈਪਟ ਕਰੋ ਸਾਡੀ ਸਰਦਾਰੀ ਨੂੰ ਅਕਸੈਪਟ ਕਰੋ ਅੰਗਰੇਜ਼ਾਂ ਦੁਆਰਾ ਸਥਾਨਕ ਸ਼ਾਸਕਾਂ ਦੀ ਜਾਇਦਾਦ ਤੇ ਜ਼ਬਰਦਸਤੀ ਕਬਜ਼ਾ ਸਹਾਇਕ ਗਠਜੋੜ ਪ੍ਰਣਾਲੀ ਸਬਸਿਡੀਅਰੀ ਅਲਾਈਅንስ ਦੁਆਰਾ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ ਵਿੱਤੀ ਬੋਝ ਅਸੀਂ ਸਬਸਿਡੀਅਰੀ ਅਲਾਈਅንስ ਟ੍ਰੀਟੀ ਪੜ੍ਹੀ ਉਹਦੇ ਤਹਿਤ ਜਿਹੜਾ ਫਾਈਨੈਂਸ਼ੀਅਲ ਬਰਡਨ ਸੀ ਨਾ ਉਹ ਕਾਫੀ ਜ਼ਿਆਦਾ ਸੀ ਤਾਂ ਜਿਹੜੇ ਲੋਕਲ ਰੂਲਰਸ ਸੀ ਸ਼ਾਸਕ ਸੀ ਉਹਨੂੰ ਸਹਿ ਨਹੀਂ ਪਾਰੇ ਸੀ ਅੰਗਰੇਜ਼ਾਂ ਦੁਆਰਾ ਵਰਤਿਆ ਗਿਆ ਲੈਪਸਟਾ ਸਿਧਾਂਤ ਲੈਪਸਟਾ ਸਿਧਾਂਤ ਕੌਣ ਲੈ ਕੇ ਆਇਆ ਸੀ ਲਾਰਡ ਦਲਹੌਜੀ ਇਸ ਦੇ ਤਹਿਤ ਕੀ ਸੀ ਵੀ ਜੇ ਕੋਈ ਰਾਜਾ ਆਇਆ ਉਸ ਰਾਜੇ ਦਾ ਕੋਈ ਲੀਗਲ ਵਾਰਿਸ ਨਹੀਂ ਆ ਮੁੰਡਾ ਕੋਈ ਲੀਗਲ ਵਾਰਿਸ ਨਹੀਂ ਆ ਤਾਂ ਉਹ ਦਾ ਜਿਹੜਾ ਰਾਜਾ ਉਹ ਅੰਗਰੇਜ਼ਾਂ ਵਿੱਚ ਮਲਾ ਲਿਆ ਜਾਵੇਗਾ ਇਸ ਦੇ ਤਹਿਤ ਵੀ ਕਈ ਰਾਜ ਅੰਗਰੇਜ਼ਾਂ ਨੇ ਆਪਣੇ ਵਿੱਚ ਮਲਾ ਲਏ ਆਪਣੇ ਰਾਜ ਵਿੱਚ ਮਲਾ ਲਏ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਸਥਾਨਕ ਬ੍ਰਿਟਿਸ਼ ਨਿਵਾਸੀ ਜਿਹੜੇ ਲੋਕਲ ਬ੍ਰਿਟਿਸ਼ ਰੈਜ਼ੀਡੈਂਟ ਸੀ ਨਾ ਉਹਸੇ ਰਾਜਵਚਰੇ ਦੇ ਉਹ ਵੀ ਕਾਫੀ ਇੰਟਰਫੀਰੈਂਸ ਕਰਨ ਲੱਗ ਗਏ ਜੀ ਉਹ बार-बार ਤਖਲ ਅੰਦਾਜ਼ੀ ਕਰਦੇ ਸੀ ਬ੍ਰਿਟਿਸ਼ ਭੂਮੀ ਮਾਲੀਆ ਨੀਤੀ ਦੇ ਖਿਲਾਫ ਨਾਰਾਜ਼ਗੀ ਲੈਂਡ ਰੈਵਨਿਊ ਪਾਲਿਸੀ ਸੀ ਨਾ ਉਹ ਕਾਫੀ ਆਪਰੇਸਿਵ ਸੀ ਇਸ ਤੋਂ ਵੀ ਆਮ ਜਨਤਾ ਕਿਸਾਨ ਜ਼ਮੀਦਾਰ ਇਹ ਸਾਰੇ ਨਾਰਾਜ਼ ਸੀ ਅਦਾਇਗੀ ਨਾ ਹੋਣ ਦੀ ਸੂਰਤ ਵਿੱਚ ਜ਼ਮੀਨੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਂਦਾ ਸੀ ਇਹ ਸਭ ਕਾਰਨ ਸੀ ਜੀ ਇਹ ਕਾਰਨ ਤੁਸੀਂ ਸਮਝ ਲੈਣੇ ਆ ਮੀਨਸ ਵਿੱਚ ਵੀ ਆ ਸਕਦੇ ਆ ਤੇ ਪ੍ਰੀ ਵਿੱਚ ਵੀ ਆ ਸਕਦੇ ਆ ਹੁਣ ਅਸੀਂ ਇੱਕ ਇੱਕ ਕਰਕੇ ਬਗਾਵਤ ਪੜ ਲਾਂਗੇ ਕਟਾ ਬੋਮਨ ਦੀ ਬਗਾਵਤ ਕਟਾ ਬੋਮਨ ਦੀ ਬਗਾਵਤ ਇਹ ਬਗਾਵਤ 1792 ਤੋਂ 1799 ਵਿੱਚ ਤਾਮਿਲ ਲਾੜੂ ਵਿੱਚ ਤਿਰੋ ਨੇਲਵੇਲੀ ਵਿੱਚ ਪੰਚਲ ਕਿਲੇ ਦੇ ਸ਼ਾਸਕ ਵੀਰ ਪਾਂਡਿਆ ਦੁਆਰਾ ਕੀਤਾ ਗਿਆ ਸੀ ਉਹ ਆਖਰਕਾਰ 1799 ਵਿੱਚ ਮਾਰਿਆ ਗਿਆ ਨਾਮ ਯਾਦ ਕਰ ਲੈਣਾ ਤੁਸੀਂ ਬਗਾਵਤਾਂ ਦਾ ਕਿੱਥੇ ਹੋਈ ਸੀ ਤੇ ਉਹਨਾਂ ਦਾ ਹੈੱਡ ਕੌਣ ਸੀ ਪਾਈਕਸ ਪੈਕਾਂ ਦੀ ਬਗਾਵਤ ਪੈਕ ਕੀ ਹੁੰਦੇ ਸੀ ਨਾ ਵੀ ਪਿੰਡਾਂ ਦੇ ਜਿਹੜੇ ਜ਼ਮੀਨਾਂ ਦੇ ਮਾਲਕ ਖੇਤ ਖੇਤੀ ਕਰਦੇ ਕਿਸਾਨ ਹੁੰਦੇ ਸੀ ਪਹਿਲਾਂ ਅੰਗਰੇਜ਼ਾਂ ਤੋਂ ਪਹਿਲਾਂ ਨਾ ਇਹਨਾਂ ਨੂੰ ਇਹਨਾਂ ਨੂੰ ਪੈਸਾ ਤੇ ਲਾ ਦਿੰਦੇ ਸੀ ਗਵਰਨਮੈਂਟ ਜਾਂ ਜੋ ਵੀ ਰਾਜੇ ਵਗੈਰਾ ਹੁੰਦੇ ਸੀ ਤਾਂ ਇਹ ਟਾਈਮ ਟੂ ਟਾਈਮ ਆਪਣੀ ਸੇਵਾ ਸੈਨਾ ਵਿੱਚ ਦਿੰਦੇ ਸੀ ਲੜਾਈ ਮੇਲੇ ਇਹ ਐਜੇ ਸਿਪਾਹੀ ਆਉਂਦੇ ਸੀ ਜੀ ਲੜਨ ਪਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਕੀ ਹੋਇਆ ਇਨ੍ਹਾਂ ਤੇ ਕੋਲ ਰੁਜ਼ਗਾਰ ਖੁੱਸ ਗਿਆ ਤੇ ਇਹਨਾਂ ਨੇ ਬਗਾਵਤ ਵੀ ਕੀਤੀ ਇਹ ਬਗਾਵਤਾਂ ਵਾਲਾ ਟੌਪਿਕ ਅਸੀਂ ਡਿਟੇਲ ਚ ਪੜਾਂਗੇ ਹੁਣ ਤੁਸੀਂ ਬਸ ਕਿਹੜੀ ਬਗਾਵਤ ਕਿੱਥੇ ਹੋਈ ਤੇ ਕਿਸ ਨਾਲ ਸੰਬੰਧਿਤ ਸੀ ਜਮੀਦਾਰ ਨਾਲ ਸੰਬੰਧਿਤ ਸੀ ਰਾਜੇ ਨਾਲ ਸੰਬੰਧਿਤ ਸੀ ਜਾਂ ਕਬਾਇਲੀਆਂ ਨਾਲ ਸੰਬੰਧਿਤ ਸੀ ਟ్రਾਈਬਲਸ ਨਾਲ ਸੰਬੰਧਿਤ ਸੀ ਇਹ ਥੋੜੀਆਂ ਗੱਲਾਂ ਯਾਦ ਕਰ ਲੈਣੀਆਂ ਕਿੱਥੇ ਸੀ ਜੀ ਪਾਇਕ ਦੀ ਬਗਾਵਤ ਇਹ ਬਗਾਵਤ 1804 ਤੋਂ 1806 ਵਿੱਚ ਹੋਈ ਸੀ ਜੀ ਕਿੱਥੇ ਉੜੀਸਾ ਵਿੱਚ ਖੁਰਦਾ ਰਾਜਾ ਦੇ ਅਧੀਨ ਅਤੇ ਬਾਅਦ ਵਿੱਚ ਜੰਗਬੰਦੂ ਦੇ ਅਧੀਨ ਟਾਈਮ ਟੂ ਟਾਈਮ ਹੋਈ ਸੀ ਜੀ ਇਹ ਨਹੀਂ ਕਿ ਇੱਕ ਵਾਰੀ ਹੀ ਹੋਈ ਪਹਿਲਾਂ ਖੁਰਦਾ ਰਾਜਾ ਦੇ ਅਧੀਨ ਫਿਰ ਜੰਗਬੰਦੂ ਜਗ ਬੰਦੂ ਥੋੜਾ ਜਿਆਦਾ ਇੰਪੋਰਟੈਂਟ ਲੱਗਦਾ ਜੀ ਇਹਨੂੰ ਦੇਖ ਲਿਓ ਕਿੱਥੇ ਹੋਈ ਸੀ ਇਹ ਦੇਖ ਲਓ ਉੜੀਸਾ ਵਿੱਚ ਪੈਕ ਅੱਗੇ ਹੈ ਜੀ ਬੈਲੂ ਥੰਬੀ ਬੈਲੂ ਥੰਬੀ ਦੀ ਬਗਾਵਤ ਤਰਾਵਨ ਕੋਰ ਦੇ ਦੀਵਾਨ ਦੁਆਰਾ 1808 ਤੋਂ 1809 ਵਿਚਕਾਰ ਤਰਾਵਨ ਕੋਰ ਵਿੱਚ ਬਗਾਵਤ ਦਾ ਆਯੋਜਨ ਕੀਤਾ ਗਿਆ ਸੀ ਕਿਉਂ ਕਿ ਅੰਗਰੇਜ਼ਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਤਰਾਵਨ ਕੋਰ ਦੇ ਦੀਵਾਨ ਦੁਆਰਾ ਵੈਲੂ ਤੰਬੀ ਦੀ ਬਗਾਵਤ। ਤਰਵਨ ਕੋਲ ਕਿੱਥੇ ਆ ਜੀ? ਅਜ ਦੇ ਕੇਲਾ ਵਿੱਚ। ਰਾਉ ਪਰਮਲ, ਰਾਉ ਪਰਮਲ ਦੀ ਬਗਾਵਤ। ਕਾਸ਼ ਦੇ ਸ਼ਾਸਕ ਨੇ 1811 ਤੋਂ 1819 ਵਿੱਚ ਕਾਸ਼ ਅਤੇ ਕਾਟਿਆਵਾੜ ਵਿੱਚ ਬਗਾਵਤ ਕੀਤੀ ਕਿੱਥੇ ਗੁਜਰਾਤ ਵਿੱਚ ਕਾਸ਼। ਰਾਉ ਪਰਮਲ ਸ਼ਾਸਕ ਨੇ ਲੋਕਲ ਰੂਲਰ ਨੇ। ਆ ਰਾਮੋਸੀ ਦੀ ਬਗਾਵਤ, ਰਾਮੋਸੀ ਇਹ ਬਗਾਵਤ 1822 ਤੋਂ 1829 ਵਿੱਚ ਚਿਤੂਰ ਸਿੰਘ ਇੰਪੋਰਟੈਂਟ ਨਾਮ ਆ ਜੀ ਚਿਤੂਰ ਸਿੰਘ ਅਤੇ 오마 ਜੀ ਇਹਨਾਂ ਦੀ ਅਗਵਾਈ ਵਿੱਚ ਪੂਨਾ ਵਿਖੇ ਹੋਈ ਸੀ ਰਾਮੋਸੀ ਕਿਉਂਕਿ ਪੇਸ਼ਵਾ ਦੀਆਂ ਜ਼ਮੀਨਾਂ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਸਨ ਇਸ ਦੇ ਵਿਰੋਧ ਵਿੱਚ ਰਾਮੋਸੀ ਦੀ ਬਗਾਵਤ ਹੋਈ ਕਿ ਟੂਰ ਬਗਾਵਤ ਇੰਪੋਰਟੈਂਟ ਆ ਜੀ ਇਹ ਬਗਾਵਤ ਚਨਮਾ ਰਾਣੀ ਚਨਮਾ ਇਹ ਔਰਤ ਸੀ ਜੀ ਰਾਣੀ ਚਨਮਾ ਦੀ ਅਗਵਾਈ ਹੇਠ ਹੋਈ ਜੋ ਕਿ ਕਿਟੂਰ ਆਦਿ ਦੇ ਕਰਨਾਟਕ ਦੇ ਮੁਖੀ ਰੋਦਰ ਦਸਾਈ ਦੀ ਵਿਧਵਾ ਸੀ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਉਸ ਦਾ ਕੋਈ ਪੁੱਤਰ ਨਹੀਂ ਸੀ ਇਸ ਕਰਕੇ ਅੰਗਰੇਜ਼ਾਂ ਨੇ ਕਿਹਾ ਵੀ ਹਾਂ ਵੀ ਹੁਣ ਤੇਰਾ ਰਾਜ ਅਸੀਂ ਆਪਣੇ ਚ ਮਿਲਾ ਲੈਣਾ ਆ ਪਰ ਇਸ ਨੇ ਕੀ ਹੈ ਬਗਾਵਤ ਕੀਤੀ ਸੀ ਇੰਪੋਰਟੈਂਟ ਹੈ ਜੀ ਰਾਣੀ ਚਨਮਾ ਅੱਗੇ ਹੈ ਜੀ ਸੰਭਲਪੁਰ ਦੀ ਬਗਾਵਤ ਬ੍ਰਿਟਿਸ਼ ਦੁਆਰਾ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਸੁਰਿੰਦਰ ਸਾਈ ਦੇ ਅਧੀਨ ਸੁਰਿੰਦਰ ਸਾਈ 1827 ਤੋਂ 1840 ਵਿੱਚ 오ਡੀਸਾ ਵਿੱਚ ਬਗਾਵਤ ਹੋਈ ਸੀ 17 ਦੀ ਬਗਾਵਤ ਰਾਜਾ ਪ੍ਰਤਾਪ ਸਿੰਘ ਨੂੰ ਹਟਾ ਦਿੱਤਾ ਗਿਆ ਸੀ ਇਸ ਕਾਰਨ 1840 ਤੋਂ 1848 ਵਿੱਚ ਧਾਰ राव ਅਤੇ ਨਰ ਸਿੰਘ ਦੱਤਾਤਰੇ ਇਹਨਾਂ ਦੇ ਅਧੀਨ ਮਹਾਰਾਸ਼ਟਰ ਵਿੱਚ ਬਗਾਵਤ ਪੜੀ ਸੀ 17 ਕਿੱਥੇ ਮਹਾਰਾਸ਼ਟਰ ਵਿੱਚ ਉਸੇ ਕੋਸ਼ਿਸ਼ ਕਰਨੀ ਹੈ ਪਾਉਜ਼ ਕਰਕੇ ਨਾ ਪਹਿਲ ਨਾ ਲਿਖੀ ਜਾਈਏ ਇਹ ਮੇਰਾ ਆਪਣਾ ਐਕਸਪੀਰੀਅੰਸ ਆ ਜੀ ਜਦੋਂ ਸੀ ਲਿਖਦੇ ਆ ਨਾ ਸਾਨੂੰ ਲੱਗਦਾ ਟਾਈਮ ਬੜਾ ਲੱਗਦਾ ਪਰ ਫਿਰ ਵੀ ਕਾਫੀ ਗ੍ਰੈਸਪਿੰਗ ਹੋ ਜਾਂਦੀ ਹੈ ਅਗ ਹੈ ਜੀ ਬੰਦੇਲ ਵਿਦਰੋਹ ਬੰਦੇਲ ਵਿਦਰੋਹ ਇਹ ਵਿਗਾਵਤ 1842 ਵਿੱਚ ਬੰਦੇਲ ਖੰਡ ਵਿੱਚ ਮਧੂਕਰ ਸ਼ਾਹ ਅਤੇ ਜਵਾਹਰ ਸਿੰਘ ਦੀ ਅਗਵਾਈ ਵਿੱਚ ਬਰਤਾਨਵੀ ਮਾਲ ਪ੍ਰਾਣੀ ਪ੍ਰਣਾਲੀ ਰੈਵਨਿਊ ਸਿਸਟਮ ਦੇ ਵਿਰੁੱਧ ਹੋਈ ਸੀ ਗੱਡ ਗਰੀਬ ਗਾਵਤ ਅੰਗਰੇਜ਼ਾਂ ਨੇ ਕੋਲਾਪੁਰ ਕਿਥੇ ਮਹਾਰਾਸ਼ਟਰ ਇਸ ਦੇ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਇਸ ਕਾਰਨ 1844 ਤੋਂ 1845 ਵਿੱਚ ਇੱਥੇ ਵਿਦਰੋਹ ਪੜ ਗਿਆ ਕਿਉਂਕਿ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਸੀ ਅੰਗਰੇਜ਼ਾਂ ਨੇ ਉਸ ਦੇ ਖਿਲਾਫ ਵਿਦਰੋਹ சதਵੰਡੀ ਵਿਗਾਵਤ ਕਿਥੇ ਮਹਾਰਾਸ਼ਟਰ ਵਿੱਚ 1839 ਤੋਂ 1845 ਇਸ ਵਿੱਚ ਹੌਂਸਾ ਹੌਂਸਾ ਅਤੇ ਅੰਨਾ ਸਾਹਿਬ ਦੇ ਅਧੀਨ ਸਾਵੰਤ ਖੇਤਰ ਦੇ ਮੁਖੀ ਖੀਨ ਸਾਵੰਤ ਨੂੰ ਹਟਾਉਣ ਦੇ ਵਿਰੋਧ ਵਿੱਚ ਇਹ ਬਗਾਵਤ ਹੋਈ ਸੀ। ਰਾਜੂ ਬਗਾਵਤ ਇੰਪੋਰਟੈਂਟ ਆ ਹੈ ਰਾਜੂ ਇਹ ਬਗਾਵਤ ਵੀਰਪੱਦਰ ਰਾਜੂ ਦੇ ਅਧੀਨ 1827 ਤੋਂ 1833 ਵਿੱਚ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਵਿੱਚ ਹੋਈ ਜਿਸ ਨੂੰ ਅੰਗਰੇਜ਼ਾਂ ਦੁਆਰਾ ਹਟਾ ਦਿੱਤਾ ਗਿਆ ਸੀ। ਇਹਨੂੰ ਹਟਾਤਾ ਸੀ ਜੀ ਇਹੇ ਬੰਦੇ ਨੂੰ ਤਾਂ ਉਹਨੂੰ ਫਿਰ ਬਗਾਵਤ ਕੀਤੀ। ਠੀਕ ਆ ਕੋਈ ਨਵੀਂ ਇੰਪੋਰਟੈਂਟ ਨਹੀਂ ਹੈਗੇ ਅੱਗੇ ਹੈ ਜੀ ਪਾਲਕੋਂਡਾ ਵਿਦਰੋਹ ਇਹ ਆਂਧਰਾ ਪ੍ਰਦੇਸ਼ ਵਿੱਚ 1831 ਤੋਂ 1832 ਵਿੱਚ ਹੋਇਆ ਇਸ ਵਿੱਚ ਬਿਨਾਂ ਕਿਸੇ ਲੀਡਰਸ਼ਿਪ ਦੇ ਸਪਸ਼ਟ ਲੀਡਰਸ਼ਿਪ ਦੇ ਖੇਤਰ ਦੇ ਸਾਰੇ ਜ਼ਿਮੀਂਦਾਰਾਂ ਨੇ ਕਿਸਾਨੀ ਨੂੰ ਇਕਜੁੱਟ ਕੀਤਾ ਕੋਈ ਸਪੈਸ਼ਲ ਤੁਸੀਂ ਲੀਡਰ ਦਾ ਨਾਮ ਨਹੀਂ ਲੈ ਸਕਦੇ ਹਾਂ ਸਾਰੇ ਕਿਸਾਨ ਵਗੈਰਾ ਜ਼ਿਮੀਂਦਾਰ ਵਗੈਰਾ ਇਕੱਠੇ ਸੀ ਪਾਲਕੋਂਡਾ ਵਿਦਰੋਹ ਆਂਧਰਾ ਪ੍ਰਦੇਸ਼ ਵਿੱਚ ਠੀਕ ਹੈ ਜੀ ਹੁਣ ਪੜਦੇ ਹਾਂ ਜੀ ਕਬਾਇਲੀ ਵਿਦਰੋਹ ਟ్రਾਈਵਲ ਰਿਵੋਲਟ ਟ్రਾਈਵਲ ਲੋਕਾਂ ਦੁਆਰਾ ਹੁਣ ਟ్రਾਈਵਲ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਸੀ ਦੇਖੋ ਪਹਿਲਾ ਮੰਨ ਲਓ ਕਿ ਇਹ ਜੰਗਲ ਆ ਜੰਗਲ ਵਿੱਚ ਟ్రਾਈਵਲ ਲੋਕ ਰਹਿੰਦੇ ਸੀ ਰਹਿੰਦੇ ਸੀ ਉਹ ਇਥੋਂ ਟਿੰਬਰ ਯੂਜ਼ ਕਰਦੇ ਸੀ ਕਾਹ ਵਗੈਰਾ ਯੂਜ਼ ਕਰਦੇ ਸੀ ਇਹਦਾ ਫਲ ਫਰੂਟ ਜੰਗਲਾਂ ਦਾ ਯੂਜ਼ ਕਰਦੇ ਸੀ ਤਾਂ ਆਪਣਾ ਜੀਵਨ ਨਿਰਵਾਹ ਕਰਦੇ ਸੀ ਇਹਨਾਂ ਨੂੰ ਬਾਹਰਲੀ ਦੁਨੀਆ ਦਾ ਮਤਲਬ ਨਹੀਂ ਸੀ ਅੰਗਰੇਜ਼ਾਂ ਦੇ ਆਉਣ ਨਾਲ ਕੀ ਹੋਇਆ ਕਿ ਅੰਗਰੇਜ਼ਾਂ ਨੇ ਜੰਗਲਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰਤਾ ਇਹਨਾਂ ਦੇ ਲਾਈਫ ਵਿੱਚ ਇੰਟਰਫੀਰੈਂਸ ਹੋ ਗਿਆ ਜੀ ਮਨੀ ਲੈਂਡਰਸ ਆ ਗਏ ਮਨੀ ਲੈਂਡਰਸ ਇਹਨਾਂ ਨੂੰ ਕਰ ਜਾਂਦੇ ਅਸੀਂ ਫਿਰ ਕਰ ਜਾਂਦੇ ਹਿੱਤਾ ਤਾਂ ਫਿਰ ਹੌਲੀ-ਹੌਲੀ ਆਪਣੇ ਆਪ ਇਹ ਉਹਨਾਂ ਦੇ ਅਧੀਨ ਹੋ ਜਾਂਦੇ ਸਕੇ ਜੀ ਤੇ ਕੰਟਰੈਕਟਰ ਆ ਗਏ ਖੇਤੀਬਾੜੀ ਕਰਨ ਦੇ ਤੇ ਇਸਾਈ ਮਸ਼ਰੀਆਂ ਦਾ ਦਾਵੀ ਪ੍ਰਭਾਵ ਸੀ ਇਸ ਤਰ੍ਹਾਂ ਦੀ ਕਈ ਗੱਲਾਂ ਹੋਈਆਂ ਜਿਸ ਕਰਕੇ ਇਹਨਾਂ ਨੂੰ ਲੱਗਾ ਕਿ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਹੈ ਇੰਟਰਫੀਰੈਂਸ ਹੋ ਰਿਹਾ ਹੈ ਅੰਗਰੇਜ਼ਾਂ ਦਾ ਤੇ ਅਸੀਂ ਪਹਿਲਾਂ ਸੁਖੀ ਸੀ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਅਸੀਂ ਕੀ ਹੈ ਜੀ ਸਾਡੀ ਲਾਈਫ ਖਰਾਬ ਹੋ ਗਈ ਬਾਹਰੀ ਲੋਕਾਂ ਦੀ ਕੁਝ ਪੈਟਕਾਰ ਕਬਾਇਲੀ ਲੋਕਾਂ ਦੀ ਸਮਾਜਿਕ ਰਾਜਨੀਤਿਕ ਅਤੇ ਭੂਮੀਗ ਆਰਥਿਕ ਸਥਿਤੀ ਭੂਮੀ ਆਰਥਿਕ ਪਾਵ ਉਹਨਾਂ ਦੀ ਆਰਥਿਕਤਾ ਭੂਮੀ ਤੇ ਡਿਪੈਂਡ ਸੀ ਇਹ ਸਾਰੀ ਸਥਿਤੀ ਪ੍ਰਭਾਵਿਤ ਹੋ ਰਹੀ ਸੀ ਉਹਨਾਂ ਦੀ ਪਛਾਣ ਵੀ ਖਤਰੇ ਵਿੱਚ ਪੈ ਰਹੀ ਸੀ ਇਹ ਸਭ ਦੇ ਵਿਰੋਧ ਵਿੱਚ ਕਬਾਇਲੀ ਅੰਦੋਲਨ ਹੋਏ ਇਹ ਅੰਦੋਲਨ ਜ਼ਿਆਦਾਤਰ ਹਿੰਸਕ ਹੁੰਦੇ ਸੀ ਜੀ ਹਿੰਸਕ ਵਾਈਲਤ ਹੁੰਦੇ ਸੀ ਅਲੱਗ-ਅਲੱਗ ਹਲਾਕ ਹੁੰਦੇ ਸੀ ਇੱਕ ਏਰੀਆ ਵਿੱਚ ਇੱਕ ਟ੍ਰਾਈਬ ਦੁਆਰਾ ਤੂਜੇ ਏਰੀਆ ਵਿੱਚ ਦੂਜੇ ਟ੍ਰਾਈਬ ਦੁਆਰਾ ਤੇ ਹੁੰਦੇ ਹੀ ਰਹਿੰਦੇ ਸੀ ਕੁਝ-ਕੁਝ ਟਾਈਮ ਬਾਅਦ ਹੁੰਦੇ ਹੀ ਰਹਿੰਦੇ ਸੀ 1778 ਤੋਂ 1947 ਤੱਕ ਲਗਭਗ 70 ਕਬਾਈਲੀ ਅੰਦੋਲਨ ਹੋਏ ਕਿਉਂਕਿ ਹੁੰਦੇ ਹੀ ਰਹਿੰਦੇ ਸੀ ਅਲੱਗ-ਅਲੱਗ ਖੇਤਰਾਂ ਵਿੱਚ ਕਾਰਨ ਦੇਖ ਲੈਂਦੇ ਜੀ ਅੰਗਰੇਜ਼ਾਂ ਦੇ ਰਾਜ ਨੂੰ ਉਹਨਾਂ ਦੇ ਪ੍ਰਸ਼ਾਸਨ ਅਤੇ ਕਾਨੂੰਨਾਂ ਨੂੰ ਉਨ੍ਹਾਂ ਦੁਆਰਾ ਕਵਾਈਲੀ ਭਾਈਚਾਰੇ ਦੀ ਰਵਾਇਤੀ ਰਾਜਨੀਤਿਕ ਪ੍ਰਣਾਲੀ ਵਿੱਚ ਉਗਸਪੈਟ ਮੰਨਿਆ ਗਿਆ ਵੀ ਅੰਗਰੇਜ਼ ਆ ਗਏ ਜੀ ਇਹਨਾਂ ਦਾ ਰਾਜ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਕਾਨੂੰਨ ਵਗੈਰਾ ਸਾਡੇ ਜਿਹੜੇ ਪਹਿਲਾਂ ਤੋਂ ਚੱਲੇ ਆ ਰਹੇ ਪਰੰਪਰਾਗਤ ਜਿਹੜੇ ਸਾਡਾ ਰੀਤੀ ਰਿਵਾਜ ਆ ਸਾਡੇ ਸਾਡੀ ਜਿਹੜੀ ਜੀਵਨ ਪ੍ਰਣਾਲੀ ਆ ਉਹ ਕੀ ਆ ਉਹਦੇ ਪ੍ਰਭਾਵਿਤ ਹੋ ਰਹੀ ਹੈ ਉਹਦੇ ਵਿੱਚ ਕੁਝ ਫੈਟ ਆ ਜੀ ਅੰਗਰੇਜ਼ ਠੀਕ ਕਵਾਈਲੀ ਖੇਤਰ ਵਿੱਚ ਮੈਦਾਨੀ ਇਲਾਕਿਆਂ ਦੇ ਲੋਕਾਂ ਦੁਆਰਾ ਕੁਝ ਬੈਟ ਹੋਈ ਇੰਨਾ ਵਿੱਚ ਪੈਸੇ ਉਧਾਰ ਦੇਣ ਵਾਲੇ ਮਨੀ ਲੈਂਡਰਸ ਵਪਾਰੀ ਠੇਕੇਦਾਰ ਆਦ ਲੋਕਸਾਨ ਬੜੀ ਸਰਕਾਰ ਦੁਆਰਾ ਇਹਨਾਂ ਬਾਹਰੀ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਬੜਾਵਾ ਦਿੱਤਾ ਗਿਆ ਸੁਰੱਖਿਆ ਦਿੱਤੀ ਗਈ ਸੀ ਤੇ ਇਹ ਲੋਕਾਂ ਦੀ ਐਂਟਰੀ ਤੋਂ ਬਾਅਦ ਕਬਾਇਲੀ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਗਏ ਤੇ ਬਦਲਾਅ ਬਹੁਤ ਵਧੀਆ ਨਹੀਂ ਸੀ ਫਿਰ ਉਹ ਕਹਿੰਦੇ ਕਿ ਸਾਡੀ ਹਸਤੀ ਵਾਸਤੇ ਜ਼ਿੰਦਗੀ ਵਿੱਚ ਗੁਸਪੈਟ ਹੋ ਰਹੀ ਹੈ ਬਾਹਰਲੇ ਲੋਕਾਂ ਦੁਆਰਾ ਇਸ ਕਾਰਨ ਵੀ ਕਬਾਇਲੀ ਗੁੱਸੇ ਸੀ ਅੰਗਰੇਜ਼ਾਂ ਨੇ ਜੰਗਲੀ ਖੇਤਰਾਂ ਤੇ ਨਿਯੰਤਰਣ ਨੂੰ ਸਖਤ ਕਰ ਦਿੱਤਾ ਜੰ ਫੋਰੈਸਟ ਆਪਣੇ ਕਬਜ਼ੇ ਦੀ ਲੈ ਲਏ ਕਈ ਜੰਗਲਾਂ ਨੂੰ ਰਿਜ਼ਰਵ ਖੇਤ ਕਰ ਦਿੱਤਾ ਹਾਲਾਂਕਿ ਪਹਿਲਾਂ ਇਥੋਂ ਤੁਸੀਂ ਟਿੰਬਰ ਹੋ ਕੀ ਹੋਇਆ ਕਿ इवन ਦਾ ਕੀ ਘਾਹ ਵਗੈਰਾ ਨਹੀਂ ਲੈ ਸਕਦੇ ਉਸ ਜੰਗਲ ਦੇ ਯੂਜ਼ ਉੱਤੇ ਪਾਬੰਦੀ ਲਾਤੀ ਰਿਜ਼ਰਵ ਫੋਰੈਸਟ ਕਹਿ ਕੇ ਲੱਕੜ ਮਤਲਬ ਟਿੰਬਰ ਟਿੰਬਰ ਲੈਂਡ ਅਤੇ ਜਾਨਵਰਾਂ ਨੂੰ ਘਾਹ ਚਰਾਉਣ ਤੋਂ ਬਚ ਦਿੱਤਾ ਜੰਗਲਾਤ ਸੰਪਤੀ ਉੱਤੇ ਇਕਾਧਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਰਕਾਰ ਨੇ ਵੀ ਸਾਡੇ ਆਜੀ ਸਾਰਾ ਜੰਗਲ ਇਹਦੇ ਰਿਸੋਰਸ ਸਾਡੇ ਆ। ਇਸਾਈ ਮਿਸ਼ਨਰੀਆਂ ਦੀਆਂ ਗਤੀਵਿਧੀਆਂ ਉਹ ਵੀ ਟ్రਾਈਵਲਸ ਨੂੰ ਉਹਨਾਂ ਦਾ ધਰਮ ਪਰਿਵਰਤਨ ਕਰਕੇ ਆਪਣੇ ਤਾਲੇ ਵਿੱਚ ਲੈ ਕੇ ਆ ਰਹੇ ਸਨ। ਇਹਨਾਂ ਦੀਆਂ ਗਤੀਵਿਧੀਆਂ ਕਰਨ ਵੀ ਟ్రਾਈਵਲ ਗੁੱਸੇ ਸੀ। ਕੁਝ ਕਬਾਈਲੀ ਪਰੰਪਰਾਵਾਂ ਅਤੇ ਪ੍ਰਥਾਵਾਂ ਜਿਵੇਂ ਕਿ ਬਾਲ ਹੱਤਿਆ, ਮਨੁੱਖੀ ਬਲੀਦਾਨ ਆਦਿ। ਦੇਖੋ ਅੰਗਰੇਜ਼ਾਂ ਨੇ ਸੁਧਾਰ ਵੀ ਕੀਤੇ। ਮੀ ਬਗਾਲ ਹੱਥਿਆਨਾ ਨਾ ਕਰੋ ਮਨੁੱਖੀ ਬਲੀਦਾਨ ਨਾ ਕਰੋ ਪਰ ਇਹਨਾਂ ਨੂੰ ਵੀ ਟ్రਾਈਵਲਸ ਨੇ ਕੀ ਲਿਆ ਕਿ ਸਾਡੀ ਜ਼ਿੰਦਗੀ ਵਿੱਚ ਸਾਡੀ ਰੀਤੀ ਰਿਵਾਜ ਵਿੱਚ ਤੁਸੀਂ ਇੰਟਰਫੇਅਰ ਕਰ ਰਹੇ ਹੋ ਆਦ ਨੂੰ ਦਬਾਉਣ ਦੀਆਂ ਬ੍ਰਿਟਿਸ਼ ਕੋਸ਼ਿਸ਼ਾਂ ਨੇ ਕਵਾਈਲੀ ਸਮਾਜਿਕ ਵਿਸ਼ਵਾਸਾਂ ਨੂੰ ਠੇਸ ਪਹੁੰਚਾਈ ਠੀਕ ਹੈ ਜੀ ਬਰਤਾਨਵੀ ਬਸਤੀਵਾਦ ਨੇ ਕਵਾਈਲੀ ਲੋਕਾਂ ਨੂੰ ਉਹਨਾਂ ਦੀ ਰਵਾਇਤੀ ਆਰਥਿਕ ਵਿਵਸਥਾ ਤੋਂ ਵਾਂਝਾ ਕਰ ਦਿੱਤਾ ਅਤੇ ਇਸ ਲਈ ਉਹਨਾਂ ਨੂੰ ਮਾਮੂਲੀ ਮਜ਼ਦੂਰ ਬਣਾਤਾ ਜੀ ਬਾਗਾਂ ਵਿੱਚ ਖਾਣਾ ਵਿੱਚ ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਇਹ ਸਭ ਗੱਲ ਕਰਕੇ ਵੀ ਕਬਾਇਲੀ ਗੁੱਸੇ ਹੋ ਗਏ ਹੁਣ ਅਸੀਂ ਇੱਕ ਇੱਕ ਕਰਕੇ ਕੁਝ ਵਿਦਰੋਹ ਪੜਾ ਦੇ ਜੀ ਪਹਿਲਾ ਹੈ ਜੀ ਚੌਰਾ ਵਿਦਰੋਹ ਚੌਰਾ ਕਿੱਥੇ ਹੋਇਆ ਜੀ ਪੱਛਮ ਬੰਗਾਲ ਦੇ ਨਾਨਪੂਮ ਅਤੇ ਬਾਰਾਪੂਮ ਖੇਤरां ਵਿੱਚ 1768 ਅਤੇ 1732 ਦੇ ਵਿਚਕਾਰ ਦੋ ਵਾਰ ਹੋਇਆ ਦੋ ਵਾਰ ਹੋਇਆ ਤਿੰਨ ਵਾਰ ਹੋਇਆ ਕੋਈ ਗਲਤੀ ਤੁਸੀਂ ਯਾਦ ਰੱਖਣਾ ਚੌਰਾ ਵਿਦਰੋਹ ट्राइवी ट्राइबल कबाइलली विद्रोह से पश्चिम बंगाल छ होया सी पील पील बगावत 1818 ਤੋਂ 1848 ਵਿੱਚ ਪੱਛਮ ਘਾਟ ਦੇ ਖਾਨ ਖਾਂਦੇਜ ਖਾਂਦੇਜ ਕਿੱਥੇ ਆ ਮਹਾਰਾਸ਼ਟਰ ਵਿੱਚ ਹੋਇਆ ਸੀ ਜੀ ਪੀਲਾ ਦੁਆਰਾ ਖਾਸ ਵਿਦਰੋਹ ਸਿੰਘਪੁਰ ਅਤੇ ਛੋਟਾ ਨਾਗਪੁਰ ਖੇਤਰ ਵਿੱਚ 1820 1822 1832 ਵਿੱਚ ਤਿੰਨ ਵਿਦਰੋਹ ਹੋਏ ਚਾਰਕਰਨ ਸਾਈਟ ਛੋਟਾ ਨਾਗਪੁਰ ਖੇਤਰ ਕੋਲੀ ਵਿਦਰੋਹ 1824 1828 1839 1844 1848 ਇਹੇ ਇਸ ਸਮੇਂ ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਪੱਛਮੀ ਘਾਟਾਂ ਦੇ ਨੇੜੇ ਸਰਹੱਦੀ ਨਹੀਂ ਸੌਰੀ ਸਾਧਰੀ ਪਹਾੜੀਆਂ ਦੇ ਖੇਤਰਾ ਵਿੱਚ ਹੋਇਆ ਪੱਛਮੀ ਘਾਟ ਕੋਲੀ ਵਿਦਰੋਹ ਖਾਸੀ ਵਿਦਰੋਹ ਮਿਕਾਲਿਆ ਵਿੱਚ 1829 ਤੋਂ ਲੈ ਕੇ 1832 ਵਿੱਚ ਆਸਾਮ ਅਤੇ ਮਿਕਾਲਿਆ ਵਿੱਚ ਖਾਸੀ ਪर्वਤ ਲੜੀ ਵਿੱਚ ਨੌਮਕਲੋ ਕਬੀਲੇ ਦੇ ਮੁਖੀ तीरु सिंह ਅਤੇ ਮੌਮਿਲ ਕਬੀਲੇ ਦੇ ਮੁਖੀ ਬਰਮਾਨਿਕ ਦੇ ਅਧੀਨ ਹੋਇਆ ਸੀ ਇਹ ਖਾਸੀ ਵਿਦਰੋਹ ਸਿੰਗਪੋ ਵਿਦਰੋਹ 1830 ਤੋਂ 1839 ਵਿੱਚ ਅਸਾਮ ਵਿੱਚ ਵਾਪਰਿਆ ਜਿੱਥੇ ਅੰਗਰੇਜ਼ ਮਿਸਟਰ ਵਾਈਟ ਦੀ ਹੱਤਿਆ ਕਰ ਦਿੱਤੀ ਗਈ ਸੀ ਸਿੰਗਪੋ ਵਿਦਰੋਹ ਅਸਾਮ ਵਿੱਚ ਕਵਾਇਲੀਆ ਦੁਬਾਰਾ ਕੋਲ ਵਿਦਰੋਹ ਛੋਟਾ ਨਾਗਪੁਰ ਖੇਤਰ ਵਿੱਚ 1831 ਤੋਂ 1832 ਇਸ ਵਿੱਚ ਬੁੱਧੋ ਭਗਤ ਦੇ ਅਧੀਨ ਇਹ ਫੈਲਿਆ ਜੀ ਵਿਦਰੋਹ ਬੁੱਧੋਪਗਤ ਇੰਪੋਰਟੈਂਟ ਹੈ ਜੀ ਬੁੱਧੋਪਗਤ ਕੋਯਾਵਗਾਵਤ ਆਹਾਹਾਹਾ ਹ ਸਾਲਾਂ ਵਿੱਚ ਆਂਧਰਾ ਪ੍ਰਦੇਸ਼ ਦੇ ਰਾਮਪਾ ਵਿੱਚ ਅਜੋ ਦਿੱਤ ਕੀਤਾ ਗਿਆ ਇੰਪੋਰਟੈਂਟ ਹੈ ਜੀ ਰਾਮਪਾ ਇਹਨੂੰ ਰਾਮਪਾ ਵਿਦਰੋਹ ਵੀ ਕਹਿੰਦੇ ਆ ਇੱਕ ਵਿਦਰੋਹ ਅਸੀਂ ਪਹਿਲਾਂ ਪੜਿਆ ਜੀ ਰਾਮੋਸੀ 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 ਤੇ ਰਾਮਪਾ ਵਿੱਚ ਮੈਂ ਕਾਫੀ ਕਨਫਿਊਜ਼ਨ ਕਰ ਜਾਂਦਾ ਹੁੰਦਾ ਸੀਗਾ ਫਿਰ ਮੈਂ ਇੱਥੇ ਦੇਖਿਆ ਜੀ ਰਾਮਪਾ ਆ ਆ ਆ ਰਾਮੂਸੀ ਇਥੇ ਓ ਆ ਜੀ ਇਥੇ ਰਾਮਪਾ ਇਥੇ ਦੂਸਰਾ ਏ ਆ ਇਥੇ ਓ ਆ ਜੀ ਤਾਂ ਮੈਂ ਏ ਤੋਂ ਜਿੱਥੇ ਦੋਨੋਂ ਏ ਆ ਓ ਨਹੀਂ ਆ ਏ ਤੋਂ ਮਤਲਬ ਆਂਧਰਾ ਪ੍ਰਦੇਸ਼ ਤਾਂ ਰਾਮਪਾ ਮੈਂ ਜਾਲ ਰੱਖਿਆ ਜੀ ਰਾਮਪਾ ਦਾ ਮਤਲਬ ਆਂਧਰਾ ਪ੍ਰਦੇਸ਼ ਸੀ타ਰਾਮ ਰਾਜੂ ਦੀ ਅਗਵਾਈ ਵੇਟ ਹਟ ਆਲੂਰੀ ਸੀ타ਰਾਮ ਰਾਜੂ ਇਸ ਦੀ ਅਗਵਾਈ ਵਟ ਵਿੱਚ ਹੋਇਆ ਸੀ ਜੀ ਦੇਖੋ ਐਗਜ਼ਾਮ ਪੇ ਤੋਂ ਅੰਨਕ ਇਦਾਂ ਹੀ ਕਨਫਿਊਜ਼ਨ ਹੋ ਜਾਣੀ ਆ ਤੁਸੀਂ ਜ਼ਿਆਦਾ ਪੜਿਆ ਹੋਵੇਗਾ ਨਾ ਤੁਸੀਂ ਕਨਫਿਊਜ਼ ਕਰ ਲਿਆ ਨਾ ਯਾਰ ਇੱਕ ਸੀ ਰਾਮਪਾ ਇੱਕ ਸੀ ਰਾਮੂਸੀ ਇਕਸੀ ਪੂਨਾ ਵੱਲ ਇਕਸੀ ਆਂਧਰਾ ਪ੍ਰਦੇਸ਼ ਵੱਲ ਕਿਹੜਾ ਕਿੱਥੇ ਸੀ ਤੁਸੀਂ ਕਨਫਿਊਜ਼ ਕਰ ਜਾਣਾ ਜਿੱਥੇ ਤਾਂ ਏ ਆ ਜੀ ਏ ਤੇ ਏ ਆਖਰੀ ਵਿੱਚ ਵੀ ਏ ਆ ਏ ਦਾ ਮਤਲਬ ਮੈਂ ਲਾਇਆ ਸੀ ਆਂਧਰਾ ਪ੍ਰਦੇਸ਼ ਉਹ ਆ ਜੀ ਰਾਮਪਾ ਆਂਧਰਾ ਪ੍ਰਦੇਸ਼ ਵਿੱਚ ਤਾਂ ਇਕਸੀ ਰਾਮੋ ਸੀ ਇਹਦੇ ਵਿੱਚ ਓ ਆ ਵਿੱਚ ਇਹ ਪੂਨਾ ਵਿੱਚ ਹੋਇਆ ਸੀ ਇਸ ਤਰ੍ਹਾਂ ਮੈਂ ਇੱਕ ਟੋਟਕਾ ਆ ਵਰਤਿਆ ਸੀ ਜੀ ਆਪਣੇ ਲਈ ਤੁਸੀਂ ਵੀ ਇਸ ਤਰ੍ਹਾਂ ਯਾਦ ਕਰ ਸਕਦੇ ਆ ਤੇ ਇਹ ਮੇਨ ਬਗਾਵਤ ਕਿਹੜੀ ਸੀ ਖੋਇਆ ਕਿੰਨੀਆਂ ਬਗਾਵਤਾਂ ਹੋਈਆਂ ਉੱਥੇ ਅਖੀਰ ਵਾਲੀ ਹੋਈ ਸੀ ਜੀ 1922-1924 ਵਿੱਚ ਅਲੂਰੀ ਸੀ타ਰਾਮ ਰਾਜੂ ਦੀ ਅਗਵਾਈ ਹੇਠ ਇੰਪੋਰਟੈਂਟ ਆ ਜੀ ਠੀਕ ਹੈ ਜੀ ਅੱਜ ਲਈ ਇੰਨਾ ਹੀ ਰੱਖਦੇ ਹਾਂ ਬਾਕੀ ਨੈਕਸਟ ਕਲਾਸ ਵਿੱਚ ਕਰਾਂਗੇ ਸ਼ੁਕਰੀਆ ਸਤਿ ਸ੍ਰੀ ਅਕਾਲ